ਕਿੱਦਾਂ ਹੋ? ਠੀਕ ਠਾਕ? ਬਸ ਜੀ, ਵਧਾਈਆਂ ਦੇ ਦਿਓ ਦੇ ਦਾ ਵਧਾਈ ਫਿਰ। ਹੋਰ ਦੇ ਦਿਓ। ਬੜਾ ਪਰੇਸ਼ਾਨ। ਪੱਕਾ? ਪੱਕਾ ਪੱਕਾ, ਪੈਰੀ ਹੱਥ ਲਵਾ ਲਓ ਹੁਣ ਤਾਂ ਕੰਗ੍ਰੈਚੁਲੇਸ਼ਨ, ਆ ਗਿਆ ਵੀਜ਼ਾ ਦੋਨਾਂ ਦਾ ਜੀ। ਦੋਨਾਂ ਦਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬੜੀ ਠੀਕ ਹੈ, ਦਿਨਾਂ ਬਾਅਦ ਖੁਸ਼ੀ ਹੋਈ। ਪ੍ਰੋਮਿਸ ਨਹੀਂ, ਕੀਤਾ ਸੀ ਮੈਂ ਤੁਹਾਨੂੰ, ਦੇਖੋ ਤੁਹਾਡਾ ਓਏ ਪੂਰਾ ਹੋਏ ਹੋਏ, ਕਰਤਾ। ਠੀਕ ਥੈਂਕ ਹੈ, ਯੂ ਮੈਮ। ਹੁਣ ਪਾਰਟੀ ਬਣਦੀ ਹੈ। ਮੈਂ ਤੁਹਾਨੂੰ ਕੀ ਕਿਹਾ ਸੀ, ਮੈਂ ਬਣਦੀ ਹੈ, ਕਿਹਾ ਪਹਿਲੇ ਬਣਦੀ ਕੰਮ ਹੈ, ਕਰਕੇ ਬਿਲਕੁਲ ਦਵਾਂਗੇ, ਉਸ ਤੋਂ ਬਾਅਦ ਹਾਂਜੀ ਪਾਰਟੀ ਲਵਾਂਗੇ। ਬਿਲਕੁਲ ਜੀ ਠੀਕ ਹੈ? ਬਿਲਕੁਲ। ਹਾਂ, ਮੈਂ ਕਈ ਵਾਰੀ ਟਾਈਮ ਲੱਗ ਜਾਂਦਾ, ਮੈਂ ਤੁਹਾਨੂੰ ਤਾਂ ਹੀ ਕਿਹਾ ਸੀ, ਮੈਂ ਕਿਹਾ ਤੁਹਾਡਾ ਆਉਣ ਵਾਲਾ ਹਾਂਜੀ, ਇੱਕ ਦੋ ਦਿਨ ਹੋਰ ਲੱਗਣਗੇ। ਠੀਕ ਹੈ, ਅੱਛਾ ਜੀ, ਕਿਉਂਕਿ ਆਲਰੇਡੀ ਰਿਫਿਊਜ਼ਲ ਫਾਈਲ ਸੀ ਨਾ, ਤੇ ਰਿਫਿਊਜ਼ਲ ਫਾਈਲ ਦੇ ਉੱਤੇ ਥੋੜਾ ਜਿਹਾ ਟਾਈਮ ਕਈ ਵਾਰੀ ਲੱਗ ਕੇ ਹੀ ਆਉਂਦਾ ਹੈ। ਓਕੇ ਓਕੇ, ਠੀਕ ਹੈ, ਹੁਣ ਹਾਂਜੀ ਮੈਂ ਹਾਂਜੀ, ਤੁਹਾਨੂੰ ਪਾਸਪੋਰਟ ਸਟੈਂਪਿੰਗ ਲਈ ਬੁਲਾਵਾਂਗੀ। ਪੀਪੀਆਰ ਮੈਂ ਠੀਕ ਹੈ ਤੁਹਾਡੀ ਸੈਂਡ ਕਰਵਾ ਦਿੰਦੀ ਹਾਂ। ਠੀਕ ਹੈ, ਠੀਕ ਤੁਸੀਂ ਹੈ ਮੈਨੂੰ ਠੀਕ ਹੈ। ਪਾਸਪੋਰਟ ਦੇ ਨਾਲ ਮਿਲੋ ਹੁਣ। ਹਾਂਜੀ, ਪਾਸਪੋਰਟ ਲੈ ਕੇ ਮਿਲਾ ਹਾਂ। ਠੀਕ ਹੈ, ਵਧਾਈ ਦੇ ਦਿਓ ਮੰਮੀ ਪਾਪਾ ਨੂੰ ਵੀ। ਠੀਕ ਹੈ, ਜਿਹੜੇ ਠੀਕ ਵੇਟ ਹੈ, ਕਰ ਰਹੇ ਸੀ ਇੰਨੇ ਦਿਨਾਂ ਤੋਂ, ਤੁਸੀਂ ਮੈਨੂੰ ਕਿਹਾ ਹਾਂਜੀ ਸੀ ਕਿ ਹਾਂਜੀ, ਮੇਰੇ ਲਈ ਵੀਜ਼ਾ ਬਹੁਤ ਮਾਇਨੇ ਰੱਖਦਾ ਹੈ। ਹਾਂਜੀ ਹਾਂਜੀ ਠੀਕ ਹਾਂਜੀ, ਹੈ, ਹੁਣ ਸਭ ਤੋਂ ਪਹਿਲੇ ਆਪ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਆਓ। ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ ਠੀਕ ਹੈ ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ।